ਉੱਤੇ ਫਲਾਈਟ ਮੋਡ ਤੇ ਲਾ ਦਿੱਤਾ ਜੀ ਫਲਾਈਟ ਮੋਡ ਤੇ ਮੈਂ ਕੁਲਵੰਤ ਸਿੱਧੂ ਐਮਐਲਏ ਆਤਮਨਗਰ ਅੱਜ ਆਪਣੇ ਹਲਕੇ ਕਰਤਾਰਜੋਂ ਵਿਖੇ ਨਿਕਲ ਰਿਹਾ ਜੀ ਤਾਂ ਸੰਸਾਨ ਜਗ੍ਹਾ ਵਿੱਚ ਅੱਤੇ ਨੇ ਛਿਲਾ ਨੂੰ ਬੁੱਥਾ ਚੱਕੋ ਤਾਂ ਬੁੱਥੀ ਚੱਕੋ ਇਹ ਇੱਥੇ ਇਹ ਲੁਕੇ ਇੱਥੇ ਬੈਠੇ ਸੀ ਤਾਂ ਮੈਨੂੰ ਕੁਝ ਲੱਗਿਆ ਵੀ ਇਹ ਸ਼ੱਕੀ ਮੁੰਡੇ ਨੇ ਜਦੋਂ ਤਲਾਸ਼ੀ ਲਈ ਤਾਂ ਇਹਨਾਂ ਦੇ ਜੇਬ ਵਿੱਚੋਂ ਆ ਗਾਂਜਾ ਆ ਜਿਹੜਾ ਵੇਚਣ ਵਾਲਾ ਨੀਲੀ ਸ਼ਰਟ ਵਾਲਾ ਇਹ ਵੇਚਣ ਵਾਲਾ ਇਹਦਾ ਪੀੜ ਲਈ ਬੈਠੇ ਸੀ ਜਿਹਦੇ ਵਿੱਚ ਆ ਨਾਲ ਲਾਈਟਰ ਵੀ ਬਰਾਮਦ ਕਰਿਆ ਤੇ ਐਸਐਚਓ ਦੁੱਗਰੀ ਨੂੰ ਮੌਕੇ ਤੇ ਬੁਲਾਇਆ ਅਗਲੀ ਕਾਰਵਾਈ ਲਈ ਦੇਖਦੇ ਹਾਂ ਵੀ ਕੀ ਬਣਦਾ ਤੇ ਇਹਨਾਂ ਤੋਂ ਕੋਈ ਚਿੱਟੇ ਦਾ ਕੋਈ ਇਹਨਾਂ ਦੇ ਨਾਲ ਕੋਈ ਤਾਰ ਜੁੜਦੀ ਆ ਅਗਰ ਜੇ ਚਿੱਟੇ ਦੀ ਤਾਰ ਜੁੜਦੀ ਸੀ ਤਾਂ ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਨਸ਼ਾ ਵੇਚਣ ਦੀ ਕਿਸੇ ਨੂੰ ਆਗਿਆ ਨਹੀਂ ਕਿਉਂਕਿ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਵੀ ਅਸੀਂ ਨਸ਼ਾ ਮੁਕਤ ਪੰਜਾਬ ਬਣਾਉਣਾ ਰੰਗਲਾ ਪੰਜਾਬ ਬਣਾਉਣਾ ਤੇ ਅਗਲੀ ਤਹਿਕੀਕਾਤ ਲਈ ਐਸਐਚਓ ਦੁੱਗਰੀ ਨੂੰ ਬੁਲਾਇਆ ਉਹਨੂੰ ਮੌਕੇ ਤੇ ਇਹਨਾਂ ਨੂੰ ਹਵਾਲੇ ਕਰਕੇ ਅੱਗੇ ਜਾਣ ਬੀਣ ਕਰਾਂਗੇ ਪਰ ਪੰਜਾਬ ਦੇ ਵਿੱਚ ਨਸ਼ਾ ਬਿਲਕੁਲ ਨਹੀਂ ਵਿਕਣ ਦੇਣਗੇ ਚਾਹੇ ਚਿੱਟਾ ਹੋਵੇ ਚਾਹੇ ਕੋਈ ਹੋਵੇ ਹਲਕਾ ਆਤਮਨਗਰ ਵਿਸ਼ੇਸ਼ ਰੂਪ ਵਿੱਚ ਮੈਂ ਇਸ ਲਈ ਵਚਨਬੱਧਾਂ ਵੀ ਚਿੱਟਾ ਬਿਲਕੁਲ ਖਤਮ ਕਰਕੇ ਨਸ਼ਾ ਖਤਮ ਕਰਕੇ ਜਿਹੜਾ ਦਮ ਲਿਆ ਧੰਨਵਾਦ ਜੀ ਉੱਤੇ ਫਲਾਈਟ ਮੋਡ ਤੇ ਲਾ ਦਿੱਤਾ ਜੀ ਫਲਾਈਟ ਮੋਡ ਤੇ ਮੈਂ ਕੁਲਵੰਤ ਸਿੱਧੂ ਐਮਐਲਏ ਆਤਮਨਗਰ ਅੱਜ ਆਪਣੇ ਹਲਕੇ ਕਰਤਾਰਜੋਂ ਵਿਖੇ ਨਿਕਲ ਰਿਹਾ ਜੀ ਤਾਂ ਸੰਸਾਨ ਜਗ੍ਹਾ ਵਿੱਚ ਅੱਤੇ ਨੇ ਛਿਲਾ ਨੂੰ ਬੁੱਥਾ ਚੱਕੋ ਤਾਂ ਬੁੱਥੀ ਚੱਕੋ ਇਹ ਇੱਥੇ ਇਹ ਲੁਕੇ ਇੱਥੇ ਬੈਠੇ ਸੀ ਤਾਂ ਮੈਨੂੰ ਕੁਝ ਲੱਗਿਆ ਵੀ ਇਹ ਸ਼ੱਕੀ ਮੁੰਡੇ ਨੇ ਜਦੋਂ ਤਲਾਸ਼ੀ ਲਈ ਤਾਂ ਇਹਨਾਂ ਦੇ ਜੇਬ ਵਿੱਚੋਂ ਆ ਗਾਂਜਾ ਆ ਜਿਹੜਾ ਵੇਚਣ ਵਾਲਾ ਨੀਲੀ ਸ਼ਰਟ ਵਾਲਾ ਇਹ ਵੇਚਣ ਵਾਲਾ ਇਹਦਾ ਪੀੜ ਲਈ ਬੈਠੇ ਸੀ ਜਿਹਦੇ ਵਿੱਚ ਆ ਨਾਲ ਲਾਈਟਰ ਵੀ ਬਰਾਮਦ ਕਰਿਆ ਤੇ ਐਸਐਚਓ ਦੁੱਗਰੀ ਨੂੰ ਮੌਕੇ ਤੇ ਬੁਲਾਇਆ ਅਗਲੀ ਕਾਰਵਾਈ ਲਈ ਦੇਖਦੇ ਹਾਂ ਵੀ ਕੀ ਬਣਦਾ ਤੇ ਇਹਨਾਂ ਤੋਂ ਕੋਈ ਚਿੱਟੇ ਦਾ ਕੋਈ ਇਹਨਾਂ ਦੇ ਨਾਲ ਕੋਈ ਤਾਰ ਜੁੜਦੀ ਆ ਅਗਰ ਜੇ ਚਿੱਟੇ ਦੀ ਤਾਰ ਜੁੜਦੀ ਸੀ ਤਾਂ ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਨਸ਼ਾ ਵੇਚਣ ਦੀ ਕਿਸੇ ਨੂੰ ਆਗਿਆ ਨਹੀਂ ਕਿਉਂਕਿ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਵੀ ਅਸੀਂ ਨਸ਼ਾ ਮੁਕਤ ਪੰਜਾਬ ਬਣਾਉਣਾ ਰੰਗਲਾ ਪੰਜਾਬ ਬਣਾਉਣਾ ਤੇ ਅਗਲੀ ਤਹਿਕੀਕਾਤ ਲਈ ਐਸਐਚਓ ਦੁੱਗਰੀ ਨੂੰ ਬੁਲਾਇਆ ਉਹਨੂੰ ਮੌਕੇ ਤੇ ਇਹਨਾਂ ਨੂੰ ਹਵਾਲੇ ਕਰਕੇ ਅੱਗੇ ਜਾਣ ਬੀਣ ਕਰਾਂਗੇ ਪਰ ਪੰਜਾਬ ਦੇ ਵਿੱਚ ਨਸ਼ਾ ਬਿਲਕੁਲ ਨਹੀਂ ਵਿਕਣ ਦੇਣਗੇ ਚਾਹੇ ਚਿੱਟਾ ਹੋਵੇ ਚਾਹੇ ਕੋਈ ਹੋਵੇ ਹਲਕਾ ਆਤਮਨਗਰ ਵਿਸ਼ੇਸ਼ ਰੂਪ ਵਿੱਚ ਮੈਂ ਇਸ ਲਈ ਵਚਨਬੱਧਾਂ ਵੀ ਚਿੱਟਾ ਬਿਲਕੁਲ ਖਤਮ ਕਰਕੇ ਨਸ਼ਾ ਖਤਮ ਕਰਕੇ ਜਿਹੜਾ ਦਮ ਲਿਆ ਧੰਨਵਾਦ ਜੀ ਉੱਤੇ ਫਲਾਈਟ ਮੋਡ ਤੇ ਲਾ ਦਿੱਤਾ ਜੀ ਫਲਾਈਟ ਮੋਡ ਤੇ ਮੈਂ ਕੁਲਵੰਤ ਸਿੱਧੂ ਐਮਐਲਏ ਆਤਮਨਗਰ ਅੱਜ ਆਪਣੇ ਹਲਕੇ ਕਰਤਾਰਜੋਂ ਵਿਖੇ ਨਿਕਲ ਰਿਹਾ ਜੀ ਤਾਂ ਸੰਸਾਨ ਜਗ੍ਹਾ ਵਿੱਚ ਅੱਤੇ ਨੇ ਛਿਲਾ ਨੂੰ ਬੁੱਥਾ ਚੱਕੋ ਤਾਂ ਬੁੱਥੀ ਚੱਕੋ ਇਹ ਇੱਥੇ ਇਹ ਲੁਕੇ ਇੱਥੇ ਬੈਠੇ ਸੀ ਤਾਂ ਮੈਨੂੰ ਕੁਝ ਲੱਗਿਆ ਵੀ ਇਹ ਸ਼ੱਕੀ ਮੁੰਡੇ ਨੇ ਜਦੋਂ ਤਲਾਸ਼ੀ ਲਈ ਤਾਂ ਇਹਨਾਂ ਦੇ ਜੇਬ ਵਿੱਚੋਂ ਆ ਗਾਂਜਾ ਆ ਜਿਹੜਾ ਵੇਚਣ ਵਾਲਾ ਨੀਲੀ ਸ਼ਰਟ ਵਾਲਾ ਇਹ ਵੇਚਣ ਵਾਲਾ ਇਹਦਾ ਪੀੜ ਲਈ ਬੈਠੇ ਸੀ ਜਿਹਦੇ ਵਿੱਚ ਆ ਨਾਲ ਲਾਈਟਰ ਵੀ ਬਰਾਮਦ ਕਰਿਆ ਤੇ ਐਸਐਚਓ ਦੁੱਗਰੀ ਨੂੰ ਮੌਕੇ ਤੇ ਬੁਲਾਇਆ ਅਗਲੀ ਕਾਰਵਾਈ ਲਈ ਦੇਖਦੇ ਹਾਂ ਵੀ ਕੀ ਬਣਦਾ ਤੇ ਇਹਨਾਂ ਤੋਂ ਕੋਈ ਚਿੱਟੇ ਦਾ ਕੋਈ ਇਹਨਾਂ ਦੇ ਨਾਲ ਕੋਈ ਤਾਰ ਜੁੜਦੀ ਆ ਅਗਰ ਜੇ ਚਿੱਟੇ ਦੀ ਤਾਰ ਜੁੜਦੀ ਸੀ ਤਾਂ ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਨਸ਼ਾ ਵੇਚਣ ਦੀ ਕਿਸੇ ਨੂੰ ਆਗਿਆ ਨਹੀਂ ਕਿਉਂਕਿ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਵੀ ਅਸੀਂ ਨਸ਼ਾ ਮੁਕਤ ਪੰਜਾਬ ਬਣਾਉਣਾ ਰੰਗਲਾ ਪੰਜਾਬ ਬਣਾਉਣਾ ਤੇ ਅਗਲੀ ਤਹਿਕੀਕਾਤ ਲਈ ਐਸਐਚਓ ਦੁੱਗਰੀ ਨੂੰ ਬੁਲਾਇਆ ਉਹਨੂੰ ਮੌਕੇ ਤੇ ਇਹਨਾਂ ਨੂੰ ਹਵਾਲੇ ਕਰਕੇ ਅੱਗੇ ਜਾਣ ਬੀਣ ਕਰਾਂਗੇ ਪਰ ਪੰਜਾਬ ਦੇ ਵਿੱਚ ਨਸ਼ਾ ਬਿਲਕੁਲ ਨਹੀਂ ਵਿਕਣ ਦੇਣਗੇ ਚਾਹੇ ਚਿੱਟਾ ਹੋਵੇ ਚਾਹੇ ਕੋਈ ਹੋਵੇ ਹਲਕਾ ਆਤਮਨਗਰ ਵਿਸ਼ੇਸ਼ ਰੂਪ ਵਿੱਚ ਮੈਂ ਇਸ ਲਈ ਵਚਨਬੱਧਾਂ ਵੀ ਚਿੱਟਾ ਬਿਲਕੁਲ ਖਤਮ ਕਰਕੇ ਨਸ਼ਾ ਖਤਮ ਕਰਕੇ ਜਿਹੜਾ ਦਮ ਲਿਆ ਧੰਨਵਾਦ ਜੀ।